ਸਾਰਿਆਂ ਦਾ ਫਿਰ ਸਵਾਗਤ ਹੈ। ਗੱਲ ਹੋ ਰਹੀ ਹੈ 4th of July ਦੀ। ਫਸਟ ਆਫ ਆਲ ਸਭ ਤੋਂ ਜ਼ਿਆਦਾ ਬਹੁਤ ਬਹੁਤ ਸਾਰਿਆਂ ਨੂੰ ਵਧਾਈਆਂ। ਵੈਰੀ ਹੈਪੀ 4th of July। ਇੰਜੋਏ ਯੋਰ ਸੈਲਫ। ਕਰੰਟਲੀ ਕੀ ਇੰਜੋਏ ਕਰਦੇ ਹਾਂ? ਬਾਰਬੀਕਿਊ, ਰੈੱਡ, ਵਾਈਟ ਐਂਡ ਬਲੂ, ਯੂ ਨੋ, ਸਾਡੇ ਫਲੈਗ ਕਲਰਸ, ਉਹਦੇ ਵਿੱਚ ਅਸੀਂ ਡਰੈਸਅਪ ਹੋ ਜਾਂਦੇ ਹਾਂ। ਐਂਡ ਜਿਸ ਤਰ੍ਹਾਂ ਜਸਪ੍ਰੀਤ ਨੇ ਨੂੰ ਲੱਗਦਾ ਹੈ ਕਿ ਟਾਈਮ 'ਤੇ ਪਹੁੰਚਦੇ, ਇੱਕ ਕਲਚਰ ਹੈਗਾ ਕਿ ਟਾਈਮ 'ਤੇ ਪਹੁੰਚਣਾ, ਆਈ ਥਿੰਕ ਸਾਨੂੰ ਵੀ ਸਿੱਖਣਾ ਚਾਹੀਦਾ ਉਹ। ਬਟ ਇੱਕ ਹੋਰ ਜਿਹੜਾ ਉਹਨਾਂ ਨੇ ਜ਼ਿਕਰ ਕੀਤਾ ਕਿ ਮਿਹਨਤ ਕਰੋ, ਅਤੇ ਉਹ ਮੈਨੂੰ ਵੀ ਲੱਗਦਾ ਹੈ ਕਿ ਇੱਕ ਆਰਡਨਰੀ ਬੰਦੇ ਵਾਸਤੇ ਅਮੇਜ਼ਿੰਗਲੀ ਗੁੱਡ ਲਾਈਫ ਹੋ ਸਕਦੀ ਹੈ ਇੱਥੇ, ਕਿ ਇੱਕ ਆਰਡਨਰੀ ਤੁਸੀਂ ਕੰਮ ਕਰਦੇ ਹੋ, ਯੂ ਨੋ, ਫਿਰ ਵੀ ਤੁਹਾਨੂੰ ਰੋਟੀ, ਕੱਪੜਾ, ਮਕਾਨ ਮਿਲਦਾ ਹੈ, ਯੂ ਨੋ, ਬਿਜਲੀ ਮਿਲਦੀ ਹੈ। ਸੋ ਬੇਸਿਕ ਚੀਜ਼ਾਂ ਤੁਹਾਡੇ ਸਾਰਿਆਂ ਕੋਲ ਹੈਗੀਆਂ। ਥੋੜ੍ਹੇ ਜਿਹੇ, ਯੂ ਨੋ, ਯੂ ਵੀ ਰੀਅਲੀ ਡੋਂਟ ਥਿੰਕ ਕਿ ਇੰਨੇ ਰਿਚ ਆ ਜਿੰਨੇ ਅਸੀਂ ਬਾਹਰ ਦੀ ਦੁਨੀਆ ਨੂੰ ਦਿਖਦੇ ਹਾਂ US ਦੇ ਵਿੱਚ। ਉਹ ਇੱਕ ਹੋਰ ਡਾਈਸੀ ਚੀਜ਼ ਹੈ ਕਿ ਵੀ ਆਰ ਨੋਟ ਦੈਟ ਰਿਚ, ਬਟ ਦੈਟ ਮਾਈਟ ਬੀ ਫੋਰ ਅਨਦਰ ਟਾਈਮ। ਪਰ ਇੱਕ ਬੇਸਿਕ ਬੰਦੇ ਕੋਲ, ਆਰਡਨਰੀ ਬੰਦੇ ਕੋਲ ਬੇਸਿਕ ਚੀਜ਼ਾਂ ਸਾਰੀਆਂ ਹੈਗੀਆਂ। ਸੋ ਲੈਟਸ ਸੀ ਹੋਰ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਵਿਸ਼ਾਲ ਬੋਲ ਰਿਹਾ ਹਾਂ। ਹਾਂਜੀ ਵਿਸ਼ਾਲ ਜੀ, ਥੈਂਕ ਯੂ ਫੋਰ ਕਾਲਿੰਗ। ਤੁਸੀਂ ਕੀ ਸ਼ੇਅਰ ਕਰੋਗੇ ਅੱਜ? ਬਸ ਇਹ ਜੇ ਕਿ ਆਪਣਾ, ਤੁਸੀਂ ਜਿੱਦਾਂ ਕਿਹਾ, ਆਪਣਾ ਫੈਮਿਲੀ ਨਾਲ ਬੈਠ ਕੇ ਬਾਰਬੀਕਿਊ ਹੋ ਰਿਹਾ। ਹਾਂਜੀ, ਤੇ ਕੋਈ ਲੰਬੀ ਟਰੈਵਲ ਨਹੀਂ ਹੈ, ਬੈਠੇ ਹਾਂ, ਬਸ ਅਮਰੀਕਨ ਵੈਲਿਊ ਡਿਸਕਸ ਕਰ ਰਹੇ ਹਾਂ। ਵੈਰੀ ਨਾਈਸ। ਸੋ ਵਾਟ ਡੂ ਯੂ ਥਿੰਕ, ਯੂ ਲਾਈਕ ਦ ਬੈਸਟ ਇਨ ਅਮਰੀਕਨ ਵੈਲਿਊਸ? ਇੱਕ ਤਾਂ ਜੀ ਰੂਲ ਆਫ ਲਾ, ਰੂਲ ਆਫ ਲਾ ਚੀਜ਼ ਹੈ। ਓਕੇ, ਉਹ ਦਾ ਕੋਈ ਮੁਕਾਬਲਾ ਨਹੀਂ ਹੈ। ਉਹਦੇ ਤੁਸੀਂ ਪੂਰੀ ਦੁਨੀਆ 'ਚ ਕਿਤੇ ਵੀ ਦੇਖ ਲਓ ਜੀ, ਇਹਨਾਂ ਰੂਲ ਆਫ ਲਾ ਤੁਹਾਨੂੰ ਕਿਤੇ ਨਹੀਂ ਮਿਲਣਾ। ਅੱਛੀ, ਜਿਹੜਾ ਤੁਹਾਨੂੰ ਅਮਰੀਕਾ ਮਿਲਣਾ, ਠੀਕ ਹੈ। ਤੇ ਦੈਟਸ ਦ ਨੰਬਰ 1 ਥਿੰਗ, ਬਿਕੋਜ਼ ਇਫ ਦੈਟ ਇਜ਼ देयर, एवरीथिंग ਫਾਲੋਸ। ਪ੍ਰੋਸਪੈਰਿਟੀ ਫਾਲੋਸ ਇਫ ਯੂ ਹੈਵ ਰੂਲ ਆਫ ਲਾ। ਹਾਂ ਹਾਂ ਹਾਂ। ਸੋ ਐਨੀਥਿੰਗ ਯੂ ਕੈਨ ਥਿੰਕ ਆਫ ਵਿਚ ਇਜ਼ ਨਾਟ ਦੈਟ ਗ੍ਰੇਟ? ਨਾਟ ਦੈਟ ਗ੍ਰੇਟ ਤਾਂ ਉਹੀ ਹੈ ਜੀ, ਆਪਣਾ ਦੇਖ ਲਓ ਤੁਸੀਂ, ਫਿਰ ਇੰਡੀਆ ਦੇ ਬੰਦੇ ਹੀ ਬੰਦੇ ਹੈ, ਇੱਥੇ ਕੋਈ ਬੰਦਾ ਨਹੀਂ ਦਿਖਦਾ, ਸੜਕਾਂ ਤੇ ਕੋਈ ਦਿਖਦਾ ਨਹੀਂ, ਥੱਲੇ ਟੁਰੀ ਦਾ। ਨਿਊਯਾਰਕ ਆ ਜਾਓ, ਬੰਦਾ ਹੀ ਬੰਦਾ ਦਿਖੇਗਾ। ਨਹੀਂ, ਅਜੇ ਵੀ ਨਿਊ ਜਰਸੀ ਹੈ ਜੀ। ਅੱਛਾ ਜੀ, ਕੋਈ ਨਿਊ ਜਰਸੀ ਵੀ ਦੇ ਨਹੀਂ ਹੈ, ਲੇਕਿਨ ਉਹ ਗੱਲ ਨਹੀਂ ਬਣਦੀ ਫਿਰ। ਹਾਂ, ਆਪਣੇ ਬੰਦੇ ਨਹੀਂ ਦਿਖਦੇ। ਅਗਰ ਤੁਸੀਂ ਸਬਾਬ 'ਚ ਰਹਿੰਦੇ ਹੋ ਜੀ, ਰਾਈਟ, ਫਿਰ ਉਹੀ ਗੱਲ ਬਣਦੀ ਨਹੀਂ ਕੋਈ। ਹਾਂ ਜੀ, ਹਾਂ ਜੀ, ਦੱਸਦਾ ਓਨਲੀ ਥਿੰਗ, ਅਦਰ ਥੈਨ ਦੈਟ ਏਵਰੀਥਿੰਗ ਇਜ਼ ਗੁੱਡ। ਬਹੁਤ ਵਧੀਆ, ਲੈਟਸ ਸੀ, ਹੋਰ ਵੀ ਚੀਜ਼ਾਂ ਜ਼ਰੂਰ ਨਿਕਲੀਆਂ, ਬਿਕੋਜ਼ ਇਟਸ ਗੁੱਡ ਟੂ ਜਸਟ ਕਾਈਂਡ ਆਫ ਇੰਟਰੋਸਪੈਕਟ ਐਂਡ ਸੀ, ਬਿਕੋਜ਼ ਵੀ ਆਰ ਪਾਰਟ ਆਫ ਦਿਸ ਸਿਸਟਮ ਨਾਓ। ਹਾਂ ਜੀ, ਹਾਂ ਜੀ, ਸਹੀ ਗੱਲ ਹੈ। ਥੈਂਕ ਯੂ ਸੋ ਮੱਚ ਫਾਰ ਕਾਲਿੰਗ, ਲੈਟਸ ਸੀ ਹੋਰ। ਹਾਂ ਜੀ, ਇਹਨਾਂ ਨੂੰ ਪੁੱਛਦੇ ਹਾਂ ਇਹਨਾਂ ਨੇ ਕੀ ਕਹਿਣਾ ਹੈ। ਹੈਲੋ। ਹਾਂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ? ਬਹੁਤ ਵਧੀਆ, ਕੌਣ ਬੋਲ ਰਹੇ ਹੋ? ਮੈਂ ਜੈਸਿਕਾ ਬੋਲ ਰਹੀ ਹਾਂ। ਹਾਂ ਜੀ, ਤੁਹਾਨੂੰ ਹੈਪੀ 4th, ਹੈਪੀ 4th of July ਤੁਹਾਨੂੰ ਵੀ। ਦੱਸੋ ਕੀ ਕਹਿੰਦੇ ਹੋ, ਕੀ ਸ਼ੇਅਰ ਕਰੋਗੇ ਅੱਜ? ਯੈਸ, ਬੜਾ ਅੱਛਾ ਲੱਗਦਾ ਇੱਥੇ, ਆਫ ਕੋਰਸ ਇੰਡੀਆ ਤੇ ਇੱਥੇ ਬਹੁਤ ਫਰਕ ਹੈਗਾ ਜੀ, ਤੇ ਜਿਹੜਾ ਅਸੀਂ ਮਿਸ ਕਰਦੇ ਹਾਂ, ਕਿਉਂਕਿ ਅਸੀਂ ਇੱਥੇ ਛੋਟੇ ਜਿਹੇ ਟਾਊਨ 'ਚ ਰਹਿੰਦੇ ਹਾਂ, ਹੋਟਲ ਹੈ ਸਾਡਾ ਆਪਣਾ। ਅੱਛਾ ਜੀ, ਰੂਮ ਦਾ। ਅੱਛਾ, ਕੋਈ ਵੀ ਇੰਡੀਅਨ ਨਹੀਂ ਹੈ ਜਿਹਦੇ ਨਾਲ ਆਪਾਂ ਗੱਲ ਕਰ ਸਕੀਏ ਜਾਂ ਕੋਈ ਚੀਜ਼ ਮਿਸ ਕਰੀ ਦੀ, ਅਦਰਵਾਈਜ਼ ਵੀ ਸਭ ਕੁਝ ਹੈ, ਐਵਰੀਥਿੰਗ ਇਜ਼ ਗੁੱਡ। ਹਾਂ, ਬਹੁਤ ਵਧੀਆ ਲੱਗਦਾ ਹੈ ਜੀ। ਇਨਫੈਕਟ ਉਹ ਜਿਹੜੇ ਭੈਣ ਜੀ ਪਹਿਲਾਂ ਬੋਲ ਰਹੇ ਸੀ, ਉਹ ਕਹਿ ਰਹੇ ਸੀ ਕਿ ਟਾਈਮ ਦੇ ਬਹੁਤ ਪਾਬੰਦ ਹੈ, ਵਿਚ ਇਜ਼ ਆਈ ਲਾਈਕ ਇਟ। ਹਾਂ, ਤੁਹਾਡਾ ਸ਼ੇਅਰ ਕਰਨਾ ਚਾਹੂੰਗੀ, ਨਵੀਂ ਨਵੀਂ ਆਈ ਸੀ, ਕਿਸੇ ਨੇ ਬਰਥਡੇ ਤੇ ਬੁਲਾਇਆ। ਹਾਂਜੀ, ਤੇ ਆਪਣੇ ਹਿਸਾਬ ਨਾਲ ਦੇਖਿਆ ਵੀ ਆਪਾਂ ਆਰਾਮ ਨਾਲ ਜਾਵਾਂਗੇ ਉੱਥੇ, ਕਿਉਂਕਿ ਆਪਣਾ ਇੰਡੀਅਨ ਹਿਸਾਬ ਨਾਲ ਜਿਵੇਂ ਆਪਾਂ ਲੇਟ ਜਾਂਦੇ ਹਾਂ, ਤੇ ਅਸੀਂ ਆਪਣੇ ਹਿਸਾਬ ਨਾਲ ਲੇਟ ਗਏ, ਅਸੀਂ ਜਦੋਂ ਗਏ ਹੈ ਤਾਂ ਆਪਣੇ ਇੰਡੀਅਨ ਹੀ ਸੀ, ਕਿਸੇ ਦਾ ਦੇਸੀ ਨੇ ਬਰਥਡੇ ਸੀ ਕਿਸੇ ਬੱਚੇ ਦਾ। ਹਾਂਜੀ, ਤੇ ਜਦੋਂ ਅਸੀਂ ਪਹੁੰਚੇ ਉਹਨਾਂ ਨੇ ਕੇਕ ਵੀ ਕੱਟ ਲਿਆ, ਸਾਰਾ ਕੁਝ ਖਤਮ ਹੋ ਗਿਆ, ਸਾਨੂੰ ਇੰਨੀ ਸ਼ਰਮ ਆਈ ਵੀ ਅਸੀਂ ਲੇਟ ਆਏ ਹਾਂ, ਪਰ ਦੈਨ ਵੀ ਲਰਨ ਕਿ ਸਾਨੂੰ ਟਾਈਮ ਤੇ ਜਾਣਾ ਚਾਹੀਦਾ। ਦੈਟਸ ਟ੍ਰੂ, ਬਿਲਕੁਲ ਬਿਲਕੁਲ, ਥੈਂਕ ਯੂ ਫਾਰ ਸ਼ੇਅਰਿੰਗ, ਯਾ, ਵੀ ਡੂ ਦੈਟ। ਹਾਂਜੀ, ਥੈਂਕ ਯੂ ਸੋ ਮਚ, ਥੈਂਕ ਯੂ। ਸੋ ਯੂ ਨੋ, ਬੜੀਆਂ ਚੀਜ਼ਾਂ ਹੈਗੀਆਂ, ਲੈਟਸ ਸੀ ਹੋਰ ਕੀ ਕਹਿ ਰਹੇ ਨੇ ਫਿਰ। ਹੈਲੋ। ਹਾਂਜੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੱਸੀ ਜੀ, ਥੈਂਕ ਯੂ ਫਾਰ ਕਾਲਿੰਗ ਐਂਡ ਵੈਰੀ ਹੈਪੀ 4th of July। ਹਾਂਜੀ, ਸੇਮ ਟੂ ਯੂ। ਹੋਰ ਸੁਣਾਓ, ਤੁਸੀਂ ਕਿਸ ਤਰ੍ਹਾਂ ਠੀਕ ਹੋ ਸਾਰੇ? ਬਹੁਤ ਵਧੀਆ। ਅੱਛਾ, ਬਹੁਤ ਵਧੀਆ, ਸਤਿ ਸ਼੍ਰੀ ਅਕਾਲ। ਹਾਂਜੀ, ਬੜਾ ਅੱਛਾ ਲੱਗ ਰਿਹਾ ਅੱਜ, ਕਿ ਚਲੋ ਮੈਨੂੰ ਤਾਂ ਸਭ ਤੋਂ ਜ਼ਿਆਦਾ ਇਹੀ ਖੁਸ਼ੀ ਆ ਕਿ ਸਾਰੀ ਫੈਮਿਲੀ ਘਰ ਬੈਠੇ ਆ। ਹਾਂਜੀ, ਤੇ ਜਸਪ੍ਰੀਤ ਜੀ ਨੇ ਜਿਹੜੀ ਗੱਲ ਕਹੀ ਹੈ ਟਾਈਮ ਦੀ, ਗੱਲ ਮੈਨੂੰ ਬੜਾ ਅੱਜ, ਸੱਚੀ ਗੱਲ ਅੱਜ ਦੀ ਇਹ ਗੱਲ ਹੈ ਕਿ ਕਿਸੇ ਇੱਕ ਆਪਣੇ ਬੰਦੇ ਨੇ ਕਿਸੇ ਨੇ ਘਰ ਆਉਣਾ ਸੀਗਾ। ਹਾਂਜੀ, ਤੇ ਉਹਨੇ ਮੈਨੂੰ ਕਾਲ ਵੀ ਨਹੀਂ ਕੀਤੀ ਕਿ ਮੈਂ ਨਹੀਂ ਆਉਣਾ, ਮੈਂ ਆਪ ਕੋ ਮੈਸੇਜ ਕੀਤਾ ਕਿ ਆ ਰਹੇ ਹੋ, ਕਹਿੰਦੇ ਕਿ ਨਾਟ ਟੂਡੇ। ਹੈ, ਤੇ ਇੱਕ ਗੋਰੀ ਫਰੈਂਡ ਨੇ ਆਉਣਾ ਸੀਗਾ, ਤੇ
ਉਹਦੇ ਮੈਨੂੰ ਕਿਹਾ ਮੈਂ ਆਈ ਬੀ ਦੀਅਰ 10 o'clock, ਉਹਨੇ ਮੈਨੂੰ 5 ਮਿੰਟ ਪਹਿਲਾਂ ਮੈਸੇਜ ਕਰ ਦਿੱਤਾ ਕਿ ਆਈ ਐਮ ਲੇਟ ਇਨ ਦ 20 ਮਿੰਟਸ ਓਨਲੀ ਰਾਈਟ ਤੇ ਆਫਟਰ 20 ਮਿੰਟਸ ਸ਼ੀ ਨੌਕ ਮਾਈ ਡੋਰ ਰਾਈਟ ਸੋ ਇਹ ਬਹੁਤ ਚੰਗਾ ਲੱਗਦਾ ਹਾਂਜੀ ਹਾਂਜੀ ਬਹੁਤ ਬਹੁਤ ਚੰਗਾ ਲੱਗਦਾ ਇੱਥੇ ਅਮਰੀਕਾ 'ਚ ਮੇਰਾ ਖਿਆਲ ਆ ਕਿ ਅਸੀਂ ਜੋ ਕੁਛ ਇੰਡੀਆ ਦੇ ਵਿੱਚ ਨਹੀਂ ਸੀ ਕਰ ਸਕਦੇ ਤੇ ਉਹ ਸਾਰਾ ਕੁਛ ਇੱਥੇ ਆ ਕੇ ਪੋਸੀਬਲ ਆ ਪੋਸੀਬਲ ਆ ਕਿਉਂਕਿ ਇੱਥੇ ਜੇ ਤੁਸੀਂ ਮਿਹਨਤ ਕਰਦੇ ਹੋ ਸਭ ਤੋਂ ਵੱਡੀ ਗੱਲ ਆ ਕਿ ਤੁਹਾਨੂੰ ਪੂਰਾ ਹੱਕ ਮਿਲਦਾ ਆ ਤੇ ਬਹੁਤ ਅੱਛੀ ਗੱਲ ਆ ਤੇ ਜਿਹੜਾ ਤੁਸੀਂ ਪਹਿਲਾਂ ਵੀਡੀਓ ਦਿਖਾਇਆ ਤੇ ਵਾਕਿਆ ਹੀ ਇਹ ਅਮਰੀਕਾ ਦੇ ਵਿੱਚ ਨਹੀਂ ਹੈਗਾ ਅੱਲਾ ਜੀ ਅਸੀਂ ਗਏ ਅਮਰੀਕਾ 'ਚ ਆਪਣੇ ਇੰਡੀਆ ਦੇ ਵਿੱਚ ਵੀ ਇਹੀ ਹਾਲ ਆ ਕਿਉਂਕਿ ਇੰਡੀਆ ਦੇ ਵਿੱਚ ਵੀ ਅਸੀਂ ਇਹ ਨਹੀਂ ਕਹਿੰਦੇ ਕਿ ਸਭ ਨੂੰ ਪਤਾ ਆ ਕਿ ਜੇ ਤੁਸੀਂ ਉੱਥੇ ਕਿਤੇ ਕਿਸੇ ਬੱਚੇ ਨੂੰ ਸਕੂਲ ਦੇ ਨੂੰ ਜਾ ਕੇ ਜਾਂ ਕਿਸੇ ਨੂੰ ਈਵਨ ਆਪਣੇ ਘਰ ਦੇ ਵਿੱਚ ਵੀ ਪੁੱਛੋ ਕਿ ਚੱਲ ਸਾਨੂੰ 10 ਗੁਰੂਆਂ ਦੇ ਨਾਮ ਹੀ ਦੱਸ ਦੋ ਹੈ ਉਹ ਇੱਕ ਪਹਿਲੀ ਭਾਸ਼ਾ ਇਹਦਾ ਨਾਮ ਵੀ ਨਹੀਂ ਆਉਂਦਾ ਤੇ ਇੱਕ ਦੂਜੇ ਦੇ ਫੇਸ ਵੱਲੋਂ ਦੇਖਦੇ ਹੁੰਦੇ ਆ ਕਿ ਇਹ ਕੀ ਪੁੱਛ ਲਿਆ ਮੈਨੂੰ ਹਾਂਜੀ ਜਦੋਂ ਤੁਸੀਂ ਵੀਡੀਓ ਦਿਖਾ ਰਹੇ ਸੀ ਤੇ ਮੇਰੇ ਹਸਬੈਂਡ ਨੂੰ ਸਾਰਾ ਕੁਛ ਹੀ ਪਤਾ ਸੀ ਮੈਂ ਹੱਸਦੀ ਸੀ ਮੈਂ ਕਿਹਾ ਅੱਜ ਤੁਸੀਂ ਦੱਸੋ ਕਿ ਕਹਿੰਦੇ July 4th 1776 ਦੇ ਵਿੱਚ ਆਪਣਾ ਇੰਡੀਪੈਂਡ ਹੋਇਆ ਸੀ ਇੰਗਲੈਂਡ ਤੋਂ ਤੇ 242 ਇਅਰਸ ਹੋ ਗਏ ਇਹਨੂੰ ਇੰਡੀਪੈਂਡ ਹੋਏ ਬਿਲਕੁਲ ਬਿਲਕੁਲ ਤੇ ਹਾਂਜੀ ਇਹਨਾਂ ਨੂੰ ਸਾਰਾ ਕੁਛ ਪਤਾ ਸੀਗਾ ਤੇ ਮੈਂ ਹੱਸਦੀ ਸੀ ਮੈਂ ਕਿਹਾ ਮੈਨੂੰ ਤਾਂ ਆਪ ਨਹੀਂ ਪਤਾ ਮੈਨੂੰ ਤਾਂ ਅਗਸਤ 1597 ਇਟਸ ਅ ਗੁੱਡ ਟਾਈਮ ਕਿ ਅਸੀਂ ਇੱਕ ਦੂਜੇ ਨੂੰ ਤੁਸੀਂ ਸਹੀ ਕਹਿ ਰਹੇ ਹੋ ਕਿ ਹਿਊਮਨ ਨੇਚਰ ਹੈ ਕਿ ਜਿਹਦੀ ਸਾਨੂੰ ਹਰ ਵੇਲੇ ਲੋੜ ਨਹੀਂ ਪੈਂਦੀ ਅਸੀਂ ਉਹਨੂੰ ਯੂ نو ਇਗਨੋਰ ਕਰ ਦਿੰਦੇ ਆ ਸੋ ਜਿਵੇਂ ਤੁਸੀਂ ਕਿਹਾ 242 ਸਾਲ ਵੀ ਹੋ ਗਏ ਆ ਯੂ نو 250 ਸਾਲ ਹੋਣ ਵਾਲੇ ਆ ਸੋ ਟਾਈਮ ਬੀਤ ਗਿਆ ਅਸੀਂ ਇੰਡੀਪੈਂਡੈਂਸ ਡੇ ਨੂੰ 4th ਆਫ ਜੁਲਾਈ ਨੂੰ ਜਸਟ ਉਸ ਦਿਨ ਨੂੰ ਮਨਾਉਣਾ ਸ਼ੁਰੂ ਕਰਤਾ ਬਟ ਇਟਸ ਅ ਗੁੱਡ ਥਿੰਗ ਟੂ ਜਸਟ ਲਰਨ ਫਰਮ ਈਚ ਅਦਰ ਲੇਕਿਨ ਜਦ ਕਿ ਸਾਨੂੰ ਅੱਜ ਦੇ ਦਿਨ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਤੇ ਬਹੁਤ ਜ਼ਿਆਦਾ ਸਾਰੇ ਜੋ ਕੁਛ ਅਮਰੀਕਾ ਦੇ ਵਿੱਚ ਹੋ ਰਿਹਾ ਬੱਚਿਆਂ ਦੇ ਨਾਲ ਕਰ ਰਹੇ ਆ ਕਿ ਬੱਚੇ ਵਾਪਸ ਜਾਣਗੇ ਜਾਂ ਬੱਚੇ ਇੱਥੇ ਰਹਿਣਗੇ ਪੇਰੈਂਟਸ ਡਿਪੋਰਟ ਹੋਣਗੇ ਤੇ ਅੱਜ ਸਭ ਸਾਨੂੰ ਸਾਰਿਆਂ ਨੂੰ ਜਿੱਥੇ ਤੱਕ ਵੀ ਇਕੱਠੇ ਹੋ ਕੇ ਤੇ ਇਸ ਇਹੋ ਜਿਹੇ ਪ੍ਰੈਜ਼ੀਡੈਂਟ ਦੇ ਕੋਲ ਇਕੱਠੇ ਹੋ ਕੇ ਜਾਣਾ ਚਾਹੀਦਾ ਸੀਗਾ ਕਿ ਵਟ ਯੂ ਡੂਇੰਗ ਐਂਡ ਵਟ ਯੂ ਹੈਵ ਟੂ ਡੂ ਇਟ ਬਹੁਤ ਵਧੀਆ ਜਸੀ ਜੀ ਆਪਣੀ ਖਾਣੇ ਪੀਣੇ ਦੀ ਸੈਲੀਬ੍ਰੇਸ਼ਨ ਉਸੇ ਤਰ੍ਹਾਂ ਕਰ ਰਹੇ ਆ ਉਹਨੂੰ ਦੱਸੋ ਕਿ ਅਸੀਂ ਇਸ ਕੰਟਰੀ 'ਚ ਰਹਿੰਦੇ ਆ ਕਿ ਯੂ ਹੈਵ ਟੂ ਡੂ ਦਿਸ ਥਿੰਗਸ ਤੇ ਤਾਂ ਇਹ ਅੱਜ ਦੀ 4th ਜੁਲਾਈ ਦੀ ਇਸ ਸਾਲ ਦੀ ਖਾਸ ਸੈਲੀਬ੍ਰੇਸ਼ਨ ਅਸੀਂ ਤਾਂ ਮੰਨਦੇ ਕਿ ਜੋ ਦੁਨੀਆ ਦੇ ਨਾਲ ਅਨਿਆਏ ਹੋ ਰਿਹਾ ਆ ਉਹ ਨਾ ਹੁੰਦਾ ਤੇ ਖਾਣਾ ਪੀਣਾ ਤੇ ਐਵੇਂ ਚੱਲੀ ਜਾਣਾ ਆ ਜੀਵ ਹੱਤਿਆ ਕਰੀ ਜਾਓ ਖਾਈ ਜਾਓ ਤੇ ਕਹਿੰਦੇ ਨਾ 4 ਗਵਾਈਆਂ ਖਾਈ ਕੇ 4 ਗਵਾਈਆਂ ਸਮ ਲੇਖਾ ਰੱਬ ਮੰਗੇਸੀਆ ਤੂੰ ਆਇਓ ਕਿਹੜੇ ਕੰਮ ਬਹੁਤ ਵਧੀਆ ਥੈਂਕ ਯੂ ਸੋ ਮਚ ਜਸੀ ਜੀ ਰੀਅਲੀ ਐਪਰੀਸ਼ੀਏਟ ਦਿਸ ਕਿਉਂਕਿ ਵਾਕਈ ਅਸੀਂ ਖਾ ਰਹੇ ਹਾਂ ਉਹ ਯੂ نو ਸ਼ੀ ਇਸ ਟਾਕਿੰਗ ਅਬਾਊਟ ਨਾਨ ਵੈਜ ਬਟ ਚਲੋ ਵੈਜ ਵੀ ਨਾਨ ਵੈਜ ਜੋ ਟ੍ਰੈਡੀਸ਼ਨ ਹੈ ਇਟਸ ਵੈਰੀ ਗੁੱਡ ਟੂ ਡੂ ਦੈਟ ਕਿਉਂਕਿ ਬੱਚਿਆਂ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਯੂ نو ਦਿਸ ਡੇ ਇਜ਼ ਸੈਲੀਬ੍ਰੇਟਿਡ ਲਾਈਕ ਦੈਟ ਪਰ ਵਾਕਈ ਉਹ ਪੋਲੀਟੀਕਲੀ ਅਸੀਂ ਕਿੰਨੇ ਅਵੇਅਰ ਹਾਂ ਇਸ ਕਰੰਟ ਪੋਜੀਸ਼ਨ 'ਚ ਕੀ ਹੋ ਰਿਹਾ ਉਹਦੇ ਬਾਰੇ ਵੀ ਇੱਕ ਦੂਜੇ ਤੋਂ ਜਾਣਨਾ ਥੋੜ੍ਹਾ ਜਿਹਾ ਸਤਰਕ ਰਹਿਣਾ ਇਹਦੇ ਬਾਰੇ ਕੀ ਹੋ ਰਿਹਾ ਸਾਡੇ ਇਰਦ ਗਿਰਦ ਉਹ ਬੜਾ ਜ਼ਰੂਰੀ ਹੈ ਸੋ ਵੀਡੀਓ ਦਾ ਯੂ نو ਇਟ ਵਾਸ ਫਨੀ ਬਿਕੋਜ਼ ਦ ਵੇ ਹੀ ਵਾਸ ਆਸਕਿੰਗ ਐਂਡ ਦ ਵੇ ਪੀਪਲ ਵਰ ਆਨਸਰਿੰਗ ਪਰ ਇਨ ਅ ਵੇ ਇੱਕ ਧਿਆਨ ਜ਼ਰੂਰ ਦਵਾਉਂਦਾ ਕਿ ਅਸੀਂ ਕਿੰਨੇ ਆਪਣੀ ਦੁਨੀਆ ਦੇ ਵਿੱਚ ਹੋ ਜਾਂਦੇ ਹਾਂ ਔਰ ਬਿਲਕੁਲ ਸਿੰਪਲ ਜੀ ਗੱਲ ਸਾਨੂੰ ਨਹੀਂ ਹੁੰਦੀ ਸੋ ਜਿਸ ਤਰ੍ਹਾਂ ਜਸੀ ਜੀ ਨੇ ਕਿਹਾ 1776 ਦੇ ਵਿੱਚ ਇੰਡੀਪੈਂਡੈਂਸ ਹੋਈ ਕਹਿੰਦੇ ਨੇ 2 ਜੁਲਾਈ ਨੂੰ ਹੋ ਗਿਆ ਸੀਗਾ ਕਿ ਯੂ نو ਬਿਲ ਬਟ ਫਾਈਨਲੀ ਸਾਈਨ ਹੋਇਆ 4th ਆਫ ਜੁਲਾਈ ਨੂੰ ਐਂਡ ਦੈਨ ਦੈਟ ਸੈਲੀਬ੍ਰੇਟਿਡ ਐਜ਼ ਇੰਡੀਪੈਂਡੈਂਸ ਡੇ ਸੋ ਥੋਮਸ ਜੈਫਰਸਨ ਉਹਨਾਂ ਨੇ ਸਾਰਾ ਕੋਨਸਟੀਟਿਊਸ਼ਨ ਡਰਾਫਟ ਕੀਤਾ ਜੋਨ ਐਡਮਸ ਅਤੇ ਉਹਨਾਂ ਦੋਨਾਂ ਦੇ ਸਿਗਨੇਚਰ ਹੈਗੇ ਆ ਉਹਦੇ 'ਤੇ ਸੋ ਇਟਸ ਅ ਵੈਰੀ ਯੂ نو ਹਿਸਟੋਰਿਕ ਡੇ ਫੋਰ ਅਸ ਜ਼ਰੂਰ ਪਤਾ ਹੋਣਾ ਚਾਹੀਦਾ ਇਹਦੇ ਬਾਰੇ ਐਂਡ ਹੋਰ ਵੀ ਕੁਛ ਫੈਕਟਸ ਹੋਣ ਜ਼ਰੂਰ ਸ਼ੇਅਰ ਕਰੋ ਤਾਂ ਕਿ ਅਸੀਂ ਇੱਕ ਦੂਜੇ ਤੋਂ ਜ਼ਰੂਰ ਹੋਈਏ ਅਤੇ ਉਸ ਵੀਡੀਓ ਦੇ ਸਾਡੇ ਵਿੱਚੋਂ ਕੋਈ ਉਸ ਵੀਡੀਓ 'ਚੋਂ ਪਾਤਰ ਨਾ ਬਣੇ ਸੋ ਲੈਟਸ ਸੀ ਹੋਰ ਕੌਣ ਕੀ ਕਹਿ ਰਹੇ ਹੈ ਬਟ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਪਰ ਤੁਸੀਂ ਹੋਲਡ ਕਰਕੇ ਰੱਖੇ ਹੋਏ ਫੋਨ ਕਰਦੇ ਰਹੋ ਐਂਡ ਵੀਲ ਟਾਕ ਮੋਰ